मेरे तो बाद चाची और अम्मा से, मेरे तो बाद मैं कर दूँ, मेरे तो बाद मेरे बुजुर्ग चाचा गुलाम बास फरीद का साहब पढ़ से तमाशे दुआ बरे हुज्जत खुदा बिस्मिल्लाह मिन शैतान रजीम बिस्मिल्लाह रहमान اللهم كن وليك الحجة بن الحسن ولي محافظ من قائد مناصر مملين من عطا سكنه مقاطع تو الى كما قال رب صل على محمد بلند درود بھیجو محمد تھوڑا آواز کھول दुआ है करीम अल्लाह मेरे अजीज़ की मेहनत कबूल करे। पाक सैयदा जितने मौजूद हो अल्लाह पाक बीबी दा सदका जो ने हाजत लेके आए हो अल्लाह दामन पुर करके टोले। मेरे तो बाद मेरे इंतहाई वाजिबुल एहतराम बुजुर्गान मौजूद हैं। टाइम तो मेरा है पर किबला काजी साहब पढ़न, चलो ठीक है वक्त के तकाजे नाल इजाजत हो मैं नौकरी शुरू करा जी। तुसा जरा हवा ले लो, जरा साह कढ़ लो, जिवें कंप्यूटर नहीं रिफ्रेश करींदा मैं तुहानू फ्रेश करन वास्ते चार लाइना उस तो बाद सोहणे सोहणे कसीदे। दरे शब्बीर की मट्टी जो सर का ताज हो जाए, तो जो है जी जी बिस्मिल्लाह। दरे शब्बीर की मट्टी जो सर का ताज हो जाए, जमीन पे बैठे बैठे ही मुझे मेराज हो जाए। हथनु सलाम है जड़ी जड़ बुलंद इमाम ज़माना सलामत रखे। तो समझियो जनाब, दरे शब्बीर की मट्टी जो सर का ताज हो जाए, जमीन पे बैठे बैठे ही मुझे मेराज हो जाए, जमीन पे बैठे बैठे ही मुझे मेराज हो जाए। अगर खैरात देना बंद कर दें करबला वाले, ये दुनिया दाने दाने के लिए मोहताज हो जाए। सैयदा सलामत रखे, इमाम ज़माना सलामत रखे। बाबा जी तुसन जी हो थोड़ी ये नस्ल जीवन हर बंदे का मुकद्दर नहीं। मजलिस हुसैन च बोले कई आंदन बहा नसीब नहीं आता, कई बह वेंदन ते अलावन नसीब नहीं आता। तो वजह है बाबा जी चार लाइना होर सुनो ते मैं कसीदे दे नेड़े पहुंचा। प्रोग्राम है जी, जाकरी रूल्स मुताबिक जिमें काजी साहब कसीदे तुहानू सुन सुन सुना गए। मेरा हक बनते मैं तुहानू एक लाइन मुसद्दस दी सुनावां। तो जो है जी हाथ खड़े करो, फालच नहीं होंदी यार, एक मिल के सलवाद भाई सौन ला जरा आवाज खोलो। पढ़िए जी, नौकरी करिए शुरू। औज बिल्लाह मिन शैतान रजीम बिस्मिल्लाह रहमान रहीम बुलंद सलवात अल्हम्दुलिल्लाह रब्बिल आलमीन वलाकिबतुल मुत्तकीन वा जन्नतुल मोमिनीन बुलंद सलवात वसलातो वसलाम अला अशरफिल अंबियाए वल मुरसलीन इस्लाम इस्लाम दी बकाए बकाए मजलिस हुसैन
ਘਬਰਾ ਤੋਂ ਨਹੀਂ ਬੈਠੇ ਹਜ਼ੂਰ, ਥੋੜ੍ਹਾ ਜਿਹਾ ਸਹੀ ਕਢਾਉਣ ਵਾਸਤੇ ਮੈਂ ਸ਼ਬਦ ਸ਼ੁਰੂ ਕੀਤੀ। ਜਾਗਣਾ ਭਾਈ, ਜਾਗੋ ਭਾਈ। ਇਹਨਾਂ ਹੱਥਾਂ ਨੂੰ ਸਲਾਮ ਹੈ ਜੀ ਜਿਹੜੇ ਬੁਲੰਦ। ਮਿਹਨਤ ਦੀ ਉਜਰਤ ਲਿਓ, ਹੱਥ ਬੁਲੰਦ ਬੋਲੋ ਹੈਦਰੀ। ਇਸਲਾਮ ਦੀ ਬਕਾਏ ਮਜਲਿਸ ਹੁਸੈਨ ਦੀ, ਜ਼ੈਨਬ ਦੀ ਏ ਦੁਆਏ ਮਜਲਿਸ ਹੁਸੈਨ। ਜਿਹੜੇ ਰੋਣ ਦੀ ਗਰਜ਼ ਲੈ ਕੇ ਆਇਓ, ਪੰਜ ਮਿੰਟ ਮੇਰੇ ਦੇਖੋ। ਪਹਿਲੀ ਦਾ ਕਰਾਈ ਅਭੈਣ ਜਿਹੜੀ ਸ਼ਾਮ ਤਾਈ ਆਦਿ ਗਈ ਹੈ, ਮੁਸਲਮਾਨੋ ਮੇਰਾ ਬਾਵੀ ਨਹੀਂ ਮੇਰਾ ਨਮਾਜ਼ੀ ਹੈ। ਹਾਏ ਕਰਛਾ ਰੋਣ ਨਾ ਵੀ, ਹਾਏ ਕਰਛਾ ਇਸ ਪਹਿਲਾਂ ਕਰਾਂ ਰੀਆਂ ਦੇ ਪਰਦੇ ਹੋਏ। ਹਰ ਮੋੜ ਤੇ ਆਦੀ ਗਈ ਹੈ, ਪੱਥਰ ਨਾ ਮਾਰੋ ਮੈਂ ਗਾਜ਼ੀ ਦੀ ਸੈਣਾ, ਪੱਥਰ ਨਾ ਮਾਰੋ ਮੈਂ ਮਦੀਨੇ ਵਾਲੇ ਮੁਹੰਮਦ ਦੀ। ਹਾਏ ਕਰਛਾ ਰੋਣ ਨਹੀਂ ਆਉਂਦਾ, ਗੁਨਾਹਾਂ ਦੀ ਮਾਫੀ ਮੰਗ। ਇਸ ਪਹਿਲਾਂ ਕਰਾਂ, ਇਸ ਪਹਿਲਾਂ ਕਰਾਂ। ਬਾਬਾ ਜੀ ਕਿਬਲਾ ਭੱਟੀ ਸਾਹਿਬ ਫਰਮਾਉਂਦੇ ਆਉਂਦੇ ਹਨ, ਬੀਬੀ ਬਾਜ਼ਾਰ ਨਾ ਮੰਨੇ ਜਿਹਨੂੰ ਟੁਰਨ ਦਾ ਦਾਅ ਨਹੀਂ ਆਉਂਦਾ। 4596 ਮੀਲ ਛੱਤਰੀ ਚਾਰ ਬਹੱਤਰ ਬਾਜ਼ਾਰ, 144 ਗਲੀਆਂ ਚੁਰਲੀਆਂ ਨੀ ਜ਼ਹਰਾ ਦੀਆਂ ਧੀਆਂ। ਮੈਂ ਸਦਕੇ, ਮੈਂ ਸਦਕੇ। ਬਿਸਮਿਲ੍ਲਾ ਕਰਾਂ, ਬਿਸਮਿਲ੍ਲਾ ਕਰਾਂ, ਬਿਸਮਿਲ੍ਲਾ ਕਰਾਂ, ਬਿਸਮਿਲ੍ਲਾ ਕਰਾਂ। ਕਾਲੂ ਖਾਨ ਬਾਬਾ ਜੀ ਬਜ਼ੁਰਗ ਕਿਬਲਾ ਮਾੜੀ ਵਾਲੇ ਪੜਦੇ ਆਉਂਦੇ ਹਨ, ਇਹੋ ਜਿਹੀਆਂ ਮੋੜ ਆਏ ਜਿਹਦੀ ਕੋਈ ਗੱਲੀ ਨੁੱਕਰ ਖਾਲੀ ਨਾ ਆਈ, ਬੇਗੈਰਤ ਮੌਜੂਦ ਹਨ ਅਲੀ ਦੀਆਂ ਧੀਆਂ। ਇੱਕ ਮਲੂਨ ਔਰਤ ਆਦੀ ਹੈ, ਮੈਂ ਪੱਥਰ ਮਾਰਨਾ ਹੁਸੈਨ ਦੇ ਸਰ ਤੇ, ਜੁਮਲੇ ਸੁਣੇ ਨੂੰ ਹੁਸੈਨ ਦੇ ਸੀਨੇ ਦੇ ਤਵੀਜ਼। ਬੀਬੀ ਆਦੀ ਅੰਮਾ ਪੱਥਰ ਲੱਗ ਗਿਆ, ਮੈਂ ਨਾਰਾਜ਼ ਹੋ ਸਾਂ, ਮੈਂ ਬਦੁਆ ਕਰਨੀ ਹੈ ਸ਼ਾਮ ਵਰ ਕੋ ਵਜਣੀ ਹੈ। ਬੀਬੀ ਆਦੀ ਗਾਦੀ ਆਵਾਜ਼ ਆਈ ਹੈ ਜੀ ਆਕਦਾ ਦੀ, ਬੀਬੀ ਆਦੀ ਪੱਥਰ ਨਾ ਲੱਗੇ, ਅੱਬਾ ਦਾ ਸਰ ਔਰਤ ਦੇ ਸਾਹਮਣੇ ਆਏ, ਬੇਹੋਸ਼ ਹੋਈ ਹੋਏ ਤੇ ਵੱਤ ਮਰ ਗਈ ਹੈ, ਅੱਖਾਂ ਵਸ ਪਈਆਂ ਵੱਲੇ, ਬੀਬੀ ਆਦੀ ਰੋਂਦਾ ਕਿਉਂ ਹੈ। ਆਵਾਜ਼ ਆਈ ਹੈ ਜਿਵੇਂ ਸ਼ਾਮ ਚ ਹੁਕਮ ਦਿੱਤਾ ਈ ਕਰਬਲਾ ਦੇਵੇ, ਆਨਾ ਅਕਬਰ ਲਾਵੀ ਆਨਾ ਸਰ ਦਮਾਤਮ ਰਬਾਬ ਦੀ ਸੁਨਤ। ਆਵਾਜ਼
ਮਜਬੂਰ ਮੈਂ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਬਈ ਬੜੀ ਮਨਜ਼ੂਰ ਮਜਲਿਸ ਮੈਂ ਬਿਸਮਿਲਾ ਕਰਾਂ ਧੀਆਂ ਦੇ ਪਰਦੇ ਆਵਾਜ਼ ਹੁਣ ਜੋ ਇਜਾਜ਼ਤ ਦਿੱਤੀ ਆ ਮੈਂ ਗਾਜ਼ੀ ਮਜਬੂਰ ਚਲੋ ਸੋਹਣਾ ਰੁਨੇ ਇੱਕ ਵੈਣ ਹੋਰ ਚ ਸੋਹਣਾ ਬੜੀ ਮਨਜ਼ੂਰ ਮਜਲਿਸ ਬਾਬਾ ਜੀ ਚੰਦ ਕਦਮ ਚ ਆਏ ਚੰਦ ਈਸਾਈ ਔਰ ਤਾਂ ਮਕਾਨ ਦੀ ਛੱਤ ਤੇ ਮੇਰੇ ਇਮਾਮ ਦਾ ਕੁਰਾਨ ਸੁਣਾਈ ਆ ਇੱਕ ਮੈਂ ਤੇ ਗੱਲ ਆਖਿਆ ਦਿਨ ਕਾਰੀ ਤਾਂ ਬੜੇ ਬੜੇ ਡਿੱਠੇ ਪਰ ਜਿਸਮ ਨਾਲ ਕੁਰਾਨ ਪੜ੍ਹਦੇ ਪਹਿਲਾ ਕਾਰੀ ਹੈ ਜਿਹਦਾ ਸਰ ਕੋਈ ਨਹੀਂ ਪੜ੍ਹਦਾ ਕੁਰਾਨ ਸਦਕੇ ਮੈਂ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਇੱਕ ਮੈਂ ਤੇ ਗੱਲ ਆਖਿਆ ਦਿਨ ਪਹਿਲਾ ਕਾਰੀ ਹੈ ਜਿਹਦਾ ਸਰ ਕੋਈ ਨਹੀਂ ਪੜ੍ਹਦਾ ਕੁਰਾਨ ਅੱਲਾ ਜਾਣੇ ਕਿਹੜੀ ਮਾਦਲਾ ਧੀਆਂ ਦੇ ਪਰਦੇ ਹੋਣੀ ਮੈਂ ਰੁੜੇ ਅੱਖੇ ਜਲਦੀ ਨਾਲ ਲੱਥੀਆਂ ਸੈਯਦਾ ਦਾ ਸਾਂਗਾ ਦੇ ਤਲੇ ਆਈਆਂ ਆਦੀਆਂ ਨਾ ਲੜਵਾ ਨਾ ਮਰੀ ਜੁਆ ਹੁਸੈਨ ਦੇ ਸਰ ਤਲੇ ਹੀ ਜੁਮਲੇ ਗਾਜ਼ੀ ਦੇ ਸਰ ਤਲੇ ਹੀ ਜੁਮਲੇ ਵੱਲ ਇੱਕ ਸਰ ਤਲੇ ਆਈਆਂ ਆਖ ਨਹੀਂ ਸਕੀਆਂ ਨਾ ਲੜਿਆ ਨਾ ਮਰੀ ਜਿਆ ਮੈਂ ਤੇ ਸਵਾਲ ਕਰੋ ਕਹਿੰਦਾ ਸਾਰੇ ਰਬਾਬ ਦੀ 6 ਮਹੀਨਿਆਂ ਦੀ ਮਿਹਨਤ ਹਕਲ ਮਾਰ ਕੇ ਆਦਨ ਸ਼ਿਮਰ ਇਹਨੂੰ ਕਿਹੜਾ ਜੁਰਮ ਚ ਮਾਰ ਆਵੇ ਸ਼ਿਮਰ ਚੁੱਪ ਹੋਏ ਸਾਂਗ ਹੱਲੀ ਆ ਆਵਾਜ਼ ਆਈਏ ਆਵੋ ਮੈਂ ਦੱਸੇ ਨਾ ਮੈਂ ਪਾਣੀ ਮਗਦਾਰੀ ਆ ਜਿਵੇਂ ਪਾਣੀ ਪਿਲਾਇਆ ਨੇ ਮਾਵਾਂ ਮੈਂ ਸ਼ਰਤ ਯਾਦ ਰੱਖਸੇ ਮਾਤਮ ਤੇਰੇ ਮਜ਼ਹਬ ਵਿੱਚ ਜਾਇਜ਼ ਸਰਦ ਮਾਤਮ ਰਬਾਬ ਸੈਣ ਦੀ ਸੁਨਤ ਆਵਾਜ਼ ਆਈਏ ਜਿਵੇਂ ਪਾਣੀ ਦਿੱਤਾ ਨੇ ਮੈਂ ਸ਼ਰਤ ਮਾਵਾਂ ਯਾਦ ਰੱਖ ਮਾਲਿਕ ਹੁਕਮ ਨਾ ਦੇਵੇ ਸੈਯਦਾ ਕਿਸੇ ਦਾ ਮੁਹਤਾਜ ਨਾ ਕਰੇ ਮੇਰੇ ਵਿਰਾਹ ਦੀ ਮਿਹਨਤ ਤੁਹਾਡਾ ਟੁਰ ਆਇਆ ਸੈਯਦਾ ਇਬਾਦਤ ਵਿੱਚ ਸ਼ੁਮਾਰ ਕਰ ਬਹੁਤ ਸੋਹਣੇ ਇੰਤਜ਼ਾਰ ਮਾਲਿਕ ਸੈਯਦਾ ਦੀ ਪਾਕ ਨਾਲ ਇਹਨਾਂ ਸਦਕਾ ਵਸੀਲ ਇਸ ਕਤਾ ਕਰੇ ਨਬੀ ਮੌਜ਼ਮ ਦਾ ਫਰਮਾਨ ਹੈ ਆਪਣੀਆਂ ਮਜਾਲੀ ਸਭ ਨੂੰ ਸੋਹਣਾ ਬਣਾਓ ਮੇਰੇ ਵਿਰਾਹ ਲਈ ਜ਼ਿਕਰ ਨਾਲ ਤੋ ਵਕਤ ਦੇ ਤਕਾਜ਼ੇ ਨਾਲ ਮੇਰਾ ਦਿਲ ਹੈ ਇੱਕ ਇਸ ਇਬਾਦਤ ਦਾ ਮੁਕੰਮਲ ਇੱਕ ਦੋ ਕਸੀਦੇ ਮੈਂ ਜਨਾਬ ਦੀ ਨਜ਼ਰ ਕਰਾਂ ਬਾਬਾ ਜੀ ਤਵਜੋ ਹੈ ਹੱਥ ਖੜੇ ਕਰੋ ਰਿਸਕ ਵੱਧਦਾ ਹੈ ਮਜਲਿਸ ਹੁਸੈਨ ਚ ਤਾਰੀਕੀ ਇਨਸਾਨ ਕੋ ਜ਼ਿਆ ਦੇਣੇ ਲੱਗੀ ਹੈ ਤਾਰੀਕੀ ਮਨ ਅੰਧੇਰਾ ਜ਼ਿਆ ਮਨ ਰੋਸ਼ਨੀ ਤਾਰੀਕੀ ਹੈ ਇਨਸਾਨ ਕੋ ਜ਼ਿਆ ਦੇਣੇ ਲੱਗੀ ਹੈ ਹੈ ਖਾਕ ਮਗਰ ਅਕਸੇ ਸਮਾ ਦੇਣੇ ਲਗੀ ਹੈ ਹੈ ਖਾਕ ਮਗਰ ਅਕਸੇ ਸਮਾ ਦੇਣੇ ਲਗੀ ਹੈ ਸ਼ਬੀਰ ਨੇ ਕਰਬਲ ਮੇ ਕਦਮ ਰੱਖੇ ਹੈ ਜਬ ਸੇ ਮਿੱਟੀ ਵੀ ਜ਼ਮਾਨੇ ਕੋ ਸ਼ਿਫਾ ਦੇਣੇ ਲਗੀ ਹੈ ਇਮਾਮ ਦਵਾਨਾ ਸਲਾਮ ਆਓ ਗਏ ਆਓ ਸੈਯਦਾ ਯਾ ਅਲੀ ਮਿਲ ਕੇ ਆਖਿਆ ਕਰੋ ਬਲਕਿ ਬੂਜ਼ਰ ਕੰਬਰ ਮੀਸਮ ਬਣ ਕੇ ਯਾ ਅਲੀ ਆਖਿਆ ਕਰੋ ਕਿਉਂਕਿ ਹਰ ਇੱਕ ਤੂਫਾਨ ਕਾ ਯੇ ਪਲ ਮੇ ਰੁਖ ਮੋੜ ਦੇਤਾ ਹੈ ਔਰ ਮੁਨਾਫੇ ਕੇ ਇਰਾਦੇ ਕੀ ਇਹ ਗਰਦਨ ਤੋੜ ਦੇਤਾ ਹੈ ਅਲੀ ਮੌਲਾ ਕਾ ਨਾਮ ਲੈਣੇ ਸੇ ਨਾ ਝਿਜਕਾ ਕਰ ਯੇ ਨਾਰਾ ਬਖਤ ਕਾ ਟੂਟਾ ਸਿਤਾਰਾ ਜੋੜ ਦੇਤਾ ਦਿਲ ਹੋਵੇ ਹਸਨੈਨ ਸ਼ਰੀਫੈਨ ਮੁਕਰਮੈਨ ਸਈਦੈਨ ਦੇ ਪਾਕ ਬਾਬੀ ਦੀ ਇੱਜ਼ਤ ਉਸਮਤ ਦਾ ਕਸੀਦਾ ਬੜਾ ਬਾਬਾ ਜੀ ਹੈ ਬਰੋ ਸਿੱਧ ਹਲਾਓ ਯਾਰ ਜ਼ਬਾਨ ਹਲਾਓ ਥੋੜ੍ਹਾ ਜਿਹਾ ਇਮਾਮ ਦਵਾਨਾ ਸਲਾਮਤ ਕਸੀਦਾ ਬਿਲਕੁਲ ਨਵਾਂ ਜਿਹਾ ਜਨਾਬ ਦੀ ਨਜ਼ਰ ਕਰਾਂ ਇਨਸ਼ਾਅੱਲਾ ਕੋਸ਼ਿਸ਼ ਹੈ ਬਈ ਮੇਰੇ ਖਿਆਲ ਸਾਡੇ ਮੁਲਤਾਨ ਦੀ ਨਗਰੀ ਦਾ ਸੁਲਤਾਨ ਦਾ ਕਿਰਾਏ ਕਸਾਇਦ ਦੇ ਹਵਾਲੇ ਨਾਲ ਕਿ ਭਾਈ ਕਾਜ਼ੀ ਵਸੀਮ ਸਾਹਿਬ ਬਹੁਤ ਖੂਬਸੂਰਤ ਕਸਾਇਦ ਅਗਰ ਤੁਹਾਡਾ ਦਿਲ ਹੋਵੇ ਤਾਂ ਮੈਂ ਵੀ ਇੱਕ ਕਸੀਦਾ ਸੁਣਾਵਾਂ ਸਿਰ ਹਲੋ ਏ ਸਾਡੀ ਜ਼ਿੰਦਗੀ ਅਲੀ ਏ ਸਾਡੀ ਬੰਦਗੀ ਅਲੀ ਏ ਪੜ੍ਹੀਏ ਕਸੀਦਾ ਸਿਰ ਦੇ ਹਲੋ ਏ ਸਾਡੀ ਜ਼ਿੰਦਗੀ ਅਲੀ ਏ ਸਾਡੀ ਬੰਦਗੀ ਅਲੀ ਏ ਸਾਡੀ ਜ਼ਿੰਦਗੀ ਅਲੀ ਏ ਸਾਡੀ ਬੰਦਗੀ ਅਲੀ ਏ ਸਾਡੀ ਜ਼ਿੰਦਗੀ ਅਲੀ ਏ ਸਾਡੀ ਬੰਦਗੀ ਅਲੀ ਏ ਸਾਡੀ ਜ਼ਿੰਦਗੀ ਅਲੀ ਏ ਸਾਡੀ ਬੰਦਗੀ ਘਬਰਾ ਤੋ ਨਹੀਂ ਬੈਠੇ ਸਾਡੀ ਜ਼ਿੰਦਗੀ ਅਲੀ ਏ ਸਾਨੀ ਤੇ ਮੈਂ ਵੇਖਣੇ
ਕਿਹੜਾ ਅਲੀ ਸ਼ਹਿਨਸ਼ਾਹ ਨਾਲ ਕਿਤਨੀ ਮੁਹੱਬਤ ਕਰਦਾ ਹੈ, ਕਿਉਂਕਿ ਸਾਨੀ ਵਿੱਚ ਅਕੀਦੇ ਚੈੱਕ ਕਰਨੇ ਨੂੰ ਮੈਂ ਸਾਡੀ ਬੰਦਗੀ ਅਲੀ ਹੈ, ਸਾਡੀ ਜ਼ਿੰਦਗੀ ਅਲੀ ਹੈ, ਸਾਡੀ ਬੰਦਗੀ ਅਲੀ ਹੈ, ਸਾਡੀ ਜ਼ਿੰਦਗੀ ਅਲੀ ਹੈ, ਸਾਡੀ ਬੰਦਗੀ ਅਲੀ ਹੈ, ਸਾਡੀ ਜ਼ਿੰਦਗੀ ਅਲੀ ਹੈ, ਸਾਡੀ ਬੰਦਗੀ ਅਲੀ। ਉਹ ਕਿਉਂ ਮੁਸੱਲੇ ਤੇ ਨਾ ਲਾਵਾਂ ਤੇਰਾ ਨਾਮ ਯਾ ਅਲੀ, ਤੈਨੂੰ ਕਾਬਾ ਵੀ ਕਰਦੇ ਸਲਾਮ ਯਾ ਅਲੀ, ਇਹਨਾਂ ਹੱਥਾਂ ਨੂੰ ਸਲਾਮ ਹੈ। ਘਬਰਾਏ ਤੋ ਨੀ ਬੱਚ ਭਾਈ, ਏਡਾ ਸੋਹਣਾ ਸ਼ੇਰ ਸੁਣਾਵਾ। ਇਹ ਸੁਬਹ ਦੇ ਮਜਲੇ ਸ਼ੁਰੂ ਹੈ, ਇਹ ਜਿਹੜਾ ਤੁਹਾਡੀ ਥਕਾਵਟ ਨਹੀਂ, ਇਹ ਜਿਹੜੀ ਥਕਾਵਟ ਹੁਣ ਹੋ ਰਹੀ ਹੈ ਕੁਝ ਬੰਦਿਆਂ 'ਤੇ, ਇਹਨੂੰ ਸਾਰੇ ਨੂੰ ਚਾਹ ਕੇ ਮੁਨਾਫਿਕ ਦੇ ਵਿਹੜੇ ਸੱਟਾ। ਇਜਾਜ਼ਤ ਹੈ ਜਨਾਬ? ਕੰਬਰ ਬਾਈ ਕੂਫੇ ਦਾ ਬਾਜ਼ਾਰ ਜਨਾਬ ਮੀਸਾ ਮਿੱਤਿਮਾਰ ਕਾਲੂ ਬਾਈ ਸੂਲੀ 'ਤੇ ਲਟਕਿਆ ਹੋਇਆ, ਜ਼ਬਾਨ ਕੱਟੀ ਹੋਈ ਜ਼ਮੀਨ 'ਤੇ। ਉਸ ਵੇਲੇ ਅਲੀ ਬਾਦਸ਼ਾਹ ਦੀ ਜ਼ਿਆਰਤ ਹੋਈ ਹੈ, ਸਮਝੋ ਬਾਈ। ਹੁਣ ਜਨਾਬ ਮੀਸਮ ਸੂਲੀ 'ਤੇ, ਜ਼ਬਾਨ ਜ਼ਮੀਨ 'ਤੇ। ਸ਼ੇਰ ਸੁਣਨੇ ਨੇ ਆਦੇ ਮੌਲਾ, ਜੇ ਹੱਕ ਬਣੇ ਦੁਆ ਜ਼ਰੂਰ ਕਰਨੀ ਹੈ। ਜ਼ਬਾਨ ਜ਼ਮੀਨ 'ਤੇ, ਜਨਾਬ ਮੀਸਮ ਇਤਿਮਾਰ ਬੋਲੋ, ਠੰਡੇ ਨਾ ਹੋਵੋ ਨਾ ਯਾਰ, ਤਵਜੋ। ਜਨਾਬ ਮੀਸਮ ਇਤਿਮਾਰ ਸੂਲੀ 'ਤੇ, ਜ਼ਬਾਨ ਜ਼ਮੀਨ 'ਤੇ, ਅਲੀ ਬਾਦਸ਼ਾਹ ਦੀ ਜ਼ਿਆਰਤ ਹੋਈ ਆ। ਜਨਾਬ ਮੀਸਮ ਇਤਿਮਾਰ ਮੁਸਕਰਾ ਕੇ ਦੇਖ ਕੇ ਫਰਮੈਂ ਦੇ ਪੈਣ, ਉਹ ਵਿੱਚ ਗੱਲੀਆਂ ਸਾਰੇ ਮੂਜ਼ੀਆਂ ਨੂੰ ਆਖੇ ਤੇਰਾ ਵੀ ਸਮਤੀ ਮਾਰ, ਭਾਵੇਂ ਕੱਟੀ ਜ਼ੁਬਾਨ ਸਾਰੇ ਆਮ ਅਲੀ, ਤੇਰਾ ਸੂਲੀ ਤੇ ਬੋਲੇਗਾ ਗੁਲਾਮ ਯਾ ਅਲੀ। ਇਹਨਾਂ ਹੱਥਾਂ ਨੂੰ ਸਲਾਮ ਹੈ ਜੀ ਜਿਹੜੇ ਬੁਲੰਦ ਹੋਏ ਨੇ। ਅਲੀ ਹੈ ਜੀ ਜੀ, ਅੱਛਾ ਬਿਸਮਿਲ੍ਲਾ ਹੈ ਅਲੀ। ਉਹ ਤੇਰਾ ਸੂਲੀ ਤੇ ਬੋਲੇਗਾ ਗੁਲਾਮ ਯਾ ਅਲੀ, ਸੱਚਾ ਮੈਂ ਅਗਲਾ ਸੁਣਾਵਾ ਜੀ, ਪ੍ਰੋਗਰਾਮ ਹੈ ਸੱਚ ਆਉਣੇ ਭਾਈ ਜਾਨ। ਅਲੀ ਬਾਦਸ਼ਾਹ ਦੀ ਇੱਜ਼ਤ ਉਜ਼ਮਤ ਦਾ ਜਿਹੜਾ ਸੋਹਣਾ ਸ਼ੇਰ ਸੁਣਾਵਾਂ, ਕਾਇਨਾਤ ਦੀ ਕੀਮਤ ਦਾ ਸ਼ੇਰ। ਜਨਾਬ ਜੀ ਅਦਰ ਕਾਇਨਾਤ ਵਿੱਚ ਕਿਸ ਕਿਸ ਜਗ੍ਹਾ 'ਤੇ ਮੇਰਾ ਅਮੀਰ ਕਾਇਨਾਤ ਮੌਲਾ ਹੈ, ਆਓ ਸੱਚਾ ਮੈਂ ਦੱਸਣਾ ਚਾਹੁੰਦਾ ਕਿੱਥੇ ਹੈ ਮੇਰਾ ਮੌਲਾ। ਚੰਨ ਤਾਰਿਆਂ ਦੇ ਵਿੱਚ ਇੱਕ ਰੋਸ਼ਨੀ ਅਲੀ ਹੈ, ਬਿਸਮਿਲ੍ਲਾ ਦੀਆਂ ਕੱਲੀਆਂ ਦੀ ਤਾਜ਼ਗੀ ਅਲੀ ਏ, ਸੱਚਾ ਮੈਂ ਓ ਬਿਸਮਿਲ੍ਲਾ ਦੀਆਂ ਕੱਲੀਆਂ ਦੀ ਤਾਜ਼ਗੀ ਅਲੀ। ਓ ਤੂੰ ਐ ਸਾਰੇ ਨਬੀਆਂ ਦਾ ਇਮਾਮ ਯਾ ਅਲੀ, ਮੁੱਲਾ ਜਾਣੇ ਕਿਆ ਤੇਰਾ ਹੈ ਮਕਾਮ ਯਾ ਅਲੀ। ਇਮਾਮੇ ਦਮਾਨਾ ਸਲਾਮ, ਹੱਥ ਬੁਲੰਦ ਹੋਵੇ ਹਰ ਮਵਾਲੀ ਦਾ। ਬਈ ਰਾਜ਼ੀ ਬੈਠੇ ਹੋ? ਕਸੀਦਾ ਇੱਕ ਹੋਰ ਸੁਣਾਵਾ ਜੀ ਜੀ। ਓ ਮੁੱਲਾ ਜਾਣੇ ਕਿਆ ਤੇਰਾ ਹੈ ਮਕਾਮ ਯਾ ਅਲੀ, ਓ ਮੁੱਲਾ ਜਾਣੇ। ਇੱਕ ਨਾਰਾ ਤੇ ਸੁਣਾਓ ਚਾਚੀ ਨੇ ਮੇਰਾ ਦਿਲ, ਹੱਥ ਬਲਨ ਬੋਲੋ ਹੈਦਰੀ। ਦੂਜਾ ਨਾਰਾ ਹੈਦਰੀ, ਤੀਜਾ ਨਾਰਾ ਹੈਦਰੀ, ਚੌਥਾ ਨਾਰਾ ਹੈਦਰੀ, ਪੰਜਵਾਂ ਮਿਲ ਕੇ ਬੋਲੋ ਹੈ। ਮਾਮੇ ਤੋਂ ਮੰਦ ਬਾਈ ਤੂੰ ਸਮਝੀਓ ਦਿਲੋ ਬਈ, ਅਗਲਾ ਕਸੀਦਾ ਨਵਾਂ ਜਿਹਾ ਸੁਣਾਵਾ। ਇਮਾਮ ਹਸਨ ਬਾਦਸ਼ਾਹ ਦਾ ਕਸੀਦਾ ਸੁਣਾਵਾ, ਸਿਰ ਹਲੋ ਯਾਰ। ਨਬੀ ਦਾ ਪਿਆਰਾ ਚਮਨ ਨਜ਼ਰ ਦੇ, ਜ਼ਮਾਨੇ ਅੰਦਰ ਅਮਨ ਨਜ਼ਰ ਦੇ,
ਜਦਾਂ ਜ਼ਿਆਰਤ ਦਾ ਸ਼ੌਕ ਥੀਵੇ ਕੁਰਾਨ ਪੜ੍ਹਦਾ ਹਸਨ ਨਜ਼ਰ ਦੇ। ਇਸੇ ਬਾਦਸ਼ਾਹ ਦਾ ਬਿਲਕੁਲ ਨਵਾਂ ਜਿਹਾ ਕਸੀਦਾ ਜਨਾਬ ਦੀ ਨਜ਼ਰ ਕਰਾਂ। ਏ ਦੁਨੀਆ ਤੇ ਹੁਸਨ ਵੰਡੀਂਦੇ ਸਦਕਾ ਲਜਪਾਲ ਹਸਨ ਦਾ, 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 ਦੁਨੀਆ ਤੇ ਹੁਸਨ ਵੰਡੀਂਦੇ ਸਦਕਾ ਲਜਪਾਲ। ਹੱਥ ਬੁਲੰਦ ਹੋਵੇ ਹਰ ਮਵਾਲੀ ਬੋਲੋ ਹੈ ਗੱਲ ਸੁਣ ਲੈ ਬੁਗਜ਼ ਹਸਨ ਦਾ, ਜਿਹੜਾ ਰੱਖਦੇ ਠੱਗ ਬਣ ਵੇਂਦੇ। ਤਵੱਜੋ ਤਵੱਜੋ ਤਵੱਜੋ, ਇਹ ਸਵੇਰ ਦਾ ਜਿਹੜਾ ਬੰਦਾ ਹਲੇ ਹੀ ਨਹੀਂ ਨਾ, ਇਹ ਅਗਲੀ ਲਹਿਰ ਸੁਣਨੀ ਹੈ। ਤਵੱਜੋ ਮੇਰੇ ਪਸਰ ਵਿਆਹ ਦਾ ਪਿਆ, ਗੱਲ ਸੁਣ ਲੈ ਬੁਗਜ਼ ਹਸਨ ਦਾ, ਮੇਰੇ ਪੀਰ ਨੂੰ ਭੋਗਣ ਵਾਲਾ, ਮੇਰੇ ਪੀਰ ਨੂੰ ਭੋਗਣ ਵਾਲਾ, ਓ ਮੇਰੇ ਪੀਰ ਭੋਗਣ ਵਾਲਾ, ਓ ਦੋ ਸਖ ਦੀ ਅੱਗ ਬਣ ਵੇਂਦਾ। ਹੱਥ ਬੁਲੰਦ ਹੋਵੇ ਆਲੀ ਲਾਲ ਕਾਲ ਅੰਦਰ ਇਮਾਮੇ ਦਵਾਨ ਸਾਹਿਬ ਬਾਈ ਤੁਸੀਂ ਜੀਓ ਤੁਹਾਡੀ ਮੁਸਲਾ ਜੀ ਮੁੰਨ ਅਜਾ ਬਈ ਸਾਰਾ ਮਜਮਾ। ਮੈਂ ਚਾਹੁੰਦਾ ਵੀ ਜਿੱਥੇ ਕਿਬਲਾ ਕਾਜ਼ੀ ਸਾਹਿਬ ਸੁਰ ਖੜਾ ਗਏ ਨਾ, ਹੁਣ ਤਵੱਜੋ ਰਵੇ, ਮੈਂ ਉਸ ਸੁਰ ਦੇ ਉੱਤੋਂ ਸੁਰ ਲੈ ਜਾਵਾਂ। ਬੋਲੋ ਯਾਰ ਸਿਰ ਹਲਾਓ, ਜ਼ੋਰ ਤੇ ਮੇਰਾ ਲੱਗਣਾ ਹੈ। ਜਿੱਥੇ ਕਾਜ਼ੀ ਸਾਹਿਬ ਖਰਚ ਛੋੜੇ, ਅਗਰ ਤੁਹਾਡਾ ਦਿਲ ਹੋਵੇ ਉਸ ਖਰਚ ਤੋਂ ਉੱਤੇ ਲੈ ਜਾਵਾਂ ਖਰਚ। ਬੋਲੋ ਹੱਥ ਖੜਾ ਕਰੋ ਯਾਰ, ਚਾਚਾ ਸਾਈਂ ਦੁਆ ਕਰਾਏ, ਚਾਚਾ ਗੁਲਾਮ ਬਸ ਹੁਣ ਟੰਗੀ ਜਾਣ ਵਾਲਾ ਕੰਮ ਹੈ, ਅੱਲਾ ਕਰੇ ਮੈਂ ਇੱਥੇ ਆਵਾਂ ਤੇ ਇਹੀ ਬੋਲਣ। ਜਿੱਥੇ ਮੈਂ ਸੁਰ ਰੱਖੀ ਖੜਾ ਨਾ, ਚਾਚੇ ਗੁਲਾਮ ਬਾਸ ਕੋਲੋਂ ਪੁੱਛੋ ਅੱਗੂ ਮੌਤ ਹੀ ਵੇਚ, ਤੁਸੀਂ ਤਾਂ ਹੱਲੇ ਹੀ ਨਹੀਂ। ਮੇਰੀ ਜਾਨ ਹੀ ਵੇਖੋ ਤੇ ਸਾਡਾ ਖਰਚ ਹੀ ਵੇਖੋ। ਇੱਕ ਨਾਰਾ ਸੁਣੋ ਨਾ ਜਬ ਤੱਕ ਆਵਾਜ਼ ਜਾਵੇ ਹਰ ਮਵਾਲੀ ਦੀ, ਇਮਾਮੇ ਦਵਾਨਾ ਸਲਾਮਤ ਰੱਖੇ ਤੁਸੀਂ ਜੀਓ ਨਿਆਜ਼ ਕਬੂਲ ਬਾਬਾ ਜੀ ਸੈਯਦਾ ਸਲਾਮ ਆਦਾ ਪਿਆ। ਮੇਰੇ ਮੌਲਾ ਅਲੀ ਦੇ ਤਵੱਜੋ ਭਾਈ, ਏ ਮੇਰੇ ਮੌਲਾ ਅਲੀ ਦੇ ਸਿਵਾ ਚੋ ਅਗਰ, ਮੇਰੇ ਮੌਲਾ ਅਲੀ ਦੇ ਉਹ ਸਿਵਾ ਚੋ ਅਗਰ ਕੋਈ ਕਾਬੇ ਚ ਆਇਆ ਸਾਨੂੰ ਬਿਠਾ।
ਇਹਨਾਂ ਹੱਥਾਂ ਨੂੰ ਸਲਾਮ ਹੈ ਜਿਹੜੇ ਬੁਲੰਦ ਨੇ ਦਵਾਰੀ ਕਰਨ ਅੱਲਾ ਭਾਵੇਂ ਮੈਂ ਬਿਸਮਿਲਲਾ ਕਰਾਂ ਤੂੰ ਸਮਝਿਓ ਜਨਾਬ ਤੁਹਾਡੀਆਂ ਨਸਲਾਂ ਜੀਵਨ ਅਲੀ ਬਾਦਸ਼ਾਹ ਦੁਨੀਆ ਤੇ ਆਏ ਇਹੀ ਮੇਰੀ ਕਾਮਯਾਬੀ ਹੈ ਇੱਕ ਮੌਲਾ ਦੇ ਮਨਜ਼ੂਰ ਨਜ਼ਰ ਮਦਾ ਖਾਨ ਆਖੇ ਬਈ ਕਾਜ਼ੀ ਦਾ ਨਾਮ ਵੱਡਾ ਹੈ ਮਿਹਨਤ ਤੇਰੀ ਜ਼ਿਆਦਾ ਹੈ ਤੁਸੀਂ ਮੇਰੀ ਮਿਹਨਤ ਦਾ ਉਜਰਤ ਦਿਓ ਅੱਗ ਬਣਦੇ ਨਿਆਜ਼ ਨਹੀਂ ਮੰਗ ਰਿਹਾ ਥੋੜ੍ਹੀ ਜਿਹੀ ਦੁਆ ਮੁਸੱਲੇ ਤੇ ਕਮ ਅਜ਼ ਕਮ ਚਲੋ ਬਈ ਸ਼ੇਰ ਸੁਣਾਵਾਂ ਤ੍ਰੈ ਦੀ ਅਲੀ ਦੀ ਅੰਮਾ ਅਲੀ ਬਾਦਸ਼ਾਹ ਕਾ ਵਿੱਚ ਗਏ ਅਲੀ ਬਾਦਸ਼ਾਹ ਦੇ ਜ਼ਹੂਰ ਤੋਂ ਬਾਅਦ ਬਾਬਾ ਜੀ ਸੱਚ ਵਏ ਅੱਛਾ ਮੇਰੇ ਤੇ ਸਵਾਲ ਕਰੋ ਮਦਰ ਸਾਡਾ ਪੁੱਤਰ ਹੈ ਸਾਡੇ ਇਲਾਕੇ ਦਾ ਜ਼ਾਕਿਰ ਹੈ ਬੀਬੀ ਉਹਨਾਂ ਲੰਗਰ ਕਿੱਥੋਂ ਕੀਤਾ ਬੀਬੀ ਉਹਨਾਂ ਜੋ ਕਾਬਜ ਅੰਦਰ ਹੈ ਸੱਚ ਵਏ ਅਦ ਪਿਆ ਅਰਸ਼ ਤੂੰ ਫਾਤਿਮਾ ਦੀ ਉਹ ਗਿਜ਼ਾ ਆਂਦੀ ਰਹੀ ਖਾਣ ਚੱਲਣ ਤੇ ਹੈ ਦਿਮਾਗ ਖਾਂਦੀ ਉਹ ਕੈ ਸਾਹਬੀ ਦਿਮਾਗ ਹਾਂ ਖੁਦਾ ਨੇ ਅਗੇ ਖਾਣਾ ਜਲਦੀ ਖਾਵਾ ਸੈਯਦਾ ਸਲਾਮਤ ਰੱਖੇ ਬਈ ਤੂੰ ਸਮਝਿਓ ਤੁਹਾਡੀਆਂ ਨਸਲਾਂ ਜੀ ਆਦਾ ਪਿਆ ਲੱਗੇ ਜ਼ਖਮ ਸ਼ਬੀਰ ਕੋ ਜ਼ਖਮਾਂ ਵਿੱਚ ਇਤਨਾ ਪੜਨਾ ਆਦਾ ਪਿਆ ਲੱਗੇ ਜ਼ਖਮ ਸ਼ਬੀਰ ਕੋ ਜ਼ਖਮਾਂ ਵਿੱਚ ਉਹ ਤੇ ਅਬਾਸ ਦੇ ਲਹਣ ਦੇ ਬਾਅਦ ਉਹ ਕਿਵੇਂ ਚੁੱਪ ਕਰਕੇ ਪੀਆ ਕੁਸਦਾ ਏ ਘਰ ਭੈਣ ਦਾ ਬੁਰਕਾ ਮਾਤਮ ਤੇਰੇ ਮਜ਼ਹਬ ਵਿੱਚ ਜਾਏ ਦੇ ਸਰਦ ਮਾਤਮ ਰਬਾਬ ਦੀ ਸੁਨਤ ਮੈਂ ਬਿਸਮਿਲਲਾ ਕਰਾਂ ਸੈਯਦਾ ਦਾ ਮੈਂ ਬਿਸਮਿਲਲਾ ਕਰਾਂ ਮੈਂ ਬਿਸਮਿਲਲਾ ਕਰਾਂ ਮੈਂ ਗੁਲਾਮ ਬਾਬਾ ਮੈਂ ਬਿਸਮਿਲਲਾ ਕਰਾਂ ਦਈਆਂ ਦੇ ਪਰਦੇ ਹੋਏ ਆਦਾ ਪੀਆਂ ਲੱਗੇ ਜ਼ਖਮ ਸ਼ਬੀਰ ਕੋ ਜ਼ਖਮਾਂ ਵਿੱਚ ਉਹ ਤੇ ਅਬਾਸ ਦੇ ਲਹਣ ਦੇ ਬਾਅਦ ਉਹ ਕਿਵੇਂ ਚੁੱਪ ਕਰਕੇ ਪੀਆ ਕੁਸਦਾ ਏ ਘਰ ਭੈਣ ਦਾ ਬੁਰਕਾ ਬੁਰਕਾ ਸਰ ਜਾਵੇ ਉਹ ਕਿਵੇਂ ਚੁੱਪ ਕਰਕੇ ਪੀਆ ਕੁਸਦਾ ਏ ਘਰ ਭੈਣ ਦਾ ਬੁਰਕਾ ਉਹ ਹੱਥ ਪਾ ਕੇ ਸ਼ਿਮਾਰ ਦੇ ਖੰਜਰ ਦੇ ਵਿੱਚ ਕੀਤੀ ਮਾਸੂਮਾ ਫਰਿਆਦ ਉਹ ਕਿਵੇਂ ਧੀ ਦੇ ਸਾਹਮਣੇ ਕਤਲ ਕਰੇ ਨਹੀਂ ਤੇਰੀ ਕੋਈ ਨਹੀਂ ਸ਼ਿਮਰ ਬੀਬੀਆਂ ਦੀ ਹਯਾ ਕਰਦੀਆਂ ਦੇ 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 ਪਿਉ ਨਹੀਂ ਮਰੀਂਦੇ ਸਦਕੇ ਮੈਂ ਬਿਸਮਿਲਲਾ ਕਰ ਇੱਕ ਵੈਣ ਹੋਰ ਤੇ ਆਪਣੇ ਮੈਂ ਬਿਸਮਿਲਲਾ ਕਰਾਂ ਉਹ ਕਿਵੇਂ ਧੀ ਦੇ ਸਾਹਮਣੇ ਕਤਲ ਕਰੇ ਨਹੀਂ ਤੇਰੀ ਕੋਈ ਨਹੀਂ ਸ਼ਿਮਰ ਇੱਕ ਵੈਣ ਹੋਰ ਮਿੰਬਰ ਛੋੜ ਸੱਤਵੀਂ ਜ਼ਰਬ ਚੱਲੀ ਬਾਬਾ ਜੀ ਸੱਤਵੀਂ ਜ਼ਰਬ ਚੱਲੀ ਜਿਵੇਂ ਜੋ ਖਣੀਆਂ ਖੈਮਾ ਦੇ ਦਰ ਤੇ ਅਲੀ ਦੀਆਂ ਧੀਆਂ ਇਮਾਮ ਖੰਜਰ ਦੇ ਤਲੂ ਮੂੰਹ ਫੇਰ ਕੇ ਫਰਮੈਂਦਨ ਆਲੀਆ ਭੈਣ ਮੈਨੂੰ ਤਰੇ ਬਹੁ ਲੱਗੀ ਆਈ ਉਚਰੂਨੀ ਹੈ ਅਲੀ ਦੀ ਮਾਤਮ ਕਰਕੇ ਵੀ ਵਿਆਹ ਦੀ ਹੈ ਅਜ਼ਮਾ ਨਹੀਂ ਪੇਕੀਆਂ ਮੋਈ ਖੂਆ ਉਹ ਸਾਡਾ ਆਖੀਆ ਭੈਣ ਭਿਰਾ ਖੂਆ ਉਹ ਤੈਡਾ ਖੰਜਰ ਦੇ ਤੱਲੇ ਪਾਣੀ ਮੰਗਣਾ ਨਾ ਭੁਲਸੀਆ ਔਰ ਬੀਬੀਆ ਦੀ ਪਾਣੀ ਮੰਗਣਾ ਜ਼ੈਨਬ ਮੈਂ ਬਿਸਮਿਲਲਾ ਬੜੀ ਮਨਜ਼ੂਰ ਮਜਲਿਸ ਭਾਈ ਮਿਹਨਤ ਕਬੂਲ ਹੋਵੇ ਮੇਰੇ ਭਰਾ ਦੀ ਮੈਂ ਬਿਸਮਿਲਲਾ ਕਰਾਂ ਉਹ ਤੇਰਾ ਖੰਜਰ ਦੇ ਤੱਲੇ ਪਾਣੀ ਮੰਗਣਾ ਨਾ ਭੁਲਸੀਆ ਆਖਰੀ ਲੈਣ ਜਿਹੜਾ ਮਾਤਮ ਕਰਨੇ ਓਏ ਉਹ ਨਾਲ ਜਿਵੇਂ ਦੇ ਦੇ ਦੀ ਖੜੀ ਆਈ ਤੜਪਾ ਨਹੀਂ ਉਜੜੀ ਮਾਂ ਖੂ ਉਹ ਜੇ ਪਿਆਸ ਬਹੁ ਮਜਬੂਰ ਕੀਤਾ ਹੀ ਸਾਜ ਮਾਰ ਅਬਾਸ ਬੀਬੀ ਆਦੀ ਪਾਣੀ ਜਾਣੀ ਗਾਜ਼ੀ ਜਾਣੀ ਮੈਂ ਜ਼ੈਨਬ